ਪਤਾ ਲੈ ਇੰਡੀਆ ਦੇ ਗੋਲੇ ਨੇ ਤੇ ਬੱਦਲ ਵੀ ਆਉਣਾ ਜੀ। ਉਸ ਬਿਲਾ ਮੈਨੂੰ ਸ਼ੇਤਵਾਨੀ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਜੀ। ਮੇਰੇ ਭੈਣ ਭਰਾ ਅਸਲਾਮ ਅਲੈਕੁਮ। ਉਮੀਦ ਕਰਨਾ ਸਾਰੇ ਭੈਣਾਂ ਭਰਾ ਖੁਸ਼ ਹੋ ਸਨ, ਨਾਲ ਵੱਲ ਵੀ ਹੋ ਸਨ, ਔਰ ਅੱਲਾਹ ਪਾਕ ਨੇ ਇਰਜ਼ੋ ਇਮਾਨ ਹੀ ਚ ਸਨ। ਅੱਜ ਇਤਨਾ ਸੋਹਣਾ ਮੌਸਮ ਨੇ ਤਾਂ ਬਾਰਿਸ਼ ਲੱਗੀ ਵੀ ਨੇ ਨਿੱਕੀ 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 ਨਿੱਕੀ। ਹੁਣ ਤਾਂ ਪੈਣੇ ਤਾਂ ਚੰਗੀ ਸਪੀਡ ਆਈ ਸੀ ਨਾ, ਹੁਣ ਨਿੱਕੀ ਨਿੱਕੀ ਸ਼ੁਰੂ ਹੋਈ ਵੀ ਹੈ। ਨਹੀਂ ਹੋਣੀ ਫੋਗ, ਬਰਫ ਪੈਣੀ ਵੀ ਠੱਡੀਆਂ ਇਲਾਕਿਆਂ ਤਸਾਲੇ 'ਚ। ਇਸ ਤਰੀਕੇ ਨਾਲ ਜਿਹੜਾ ਨਾ ਮਾਹੌਲ ਮਾਸ਼ਰਾ ਹੈ ਜ਼ਬਰਦਸਤ ਕਿਸਮ ਨੇ। ਅਸਾਂ ਕਿਵੇਂ ਤਰ੍ਹਾਂ ਕੋਠੇ ਉੱਪਰ ਚੜੀ ਜਾਏ, ਇੰਜੋਏ ਕੀਤਾ ਜਾਏ ਬਾਰਿਸ਼ ਦੇ। ਜਾਂ ਕੱਲ੍ਹ ਦੀ ਥੋੜ੍ਹੀ ਜਿਹੀ ਸਖਤ ਗਰਮੀ ਸੀ, ਅੱਜ ਵੀ ਸਖਤ ਹੀ ਗਰਮੀ ਮੈਂ ਅਤੇ ਬਾਰਿਸ਼ ਨਾ ਸੀ ਬਣੀ। ਅੱਲਾ ਨੇ ਰਹਿਮਤ ਭਰੀ ਵੀ ਹੈ ਮਾਸ਼ਾ ਅੱਲਾ। ਠੰਡੀ ਹਵਾ ਝੁੱਲੀ ਜੀ, ਇਸਨਾ ਮਤਲਬ ਸਹੀ ਸਪੀਡਾਂ ਨੇ ਬਾਰਿਸ਼ ਪੈ ਨਾ ਅਤੇ ਫਿਰ ਠੰਡਾ ਠੰਡਾ ਮੌਸਮ ਮਿਲਣਾ। ਬਾਕੀ ਵਿਊ ਸਾਨੂੰ ਤੱਕ ਹੀ ਸਕਣੀ ਹੈ ਮਾਸ਼ਾ ਅੱਲਾ, ਜ਼ਬਰਦਸਤ ਕਿਸਮ ਨੇ। ਪਹਾੜੀ ਵੀ ਤੱਕ ਹੀ ਸਕਣੀ, ਜਿਹੜੀ ਮਿਗੀ ਜਿਹੜੀ ਰਾਤੀ ਇੰਡੀਆ ਵਾਲੇ ਗੋਲੇ ਨਹੀਂ ਛੱਡਣੇ, ਫਿਰ ਵੱਡੇ ਰਹਿਣੇ ਤੱਕ ਉਹ ਤਾਂ ਕੀ ਕਹਿਣਾ ਥੱਲੇ ਵੀ ਇਹ ਨੁਕਸਾਨ ਦੇ ਆ ਭੈਣੋ ਤੇ ਭਰਾਓ। ਬਾਕੀ ਮਾਸ਼ਾ ਅੱਲਾ ਬੂਟੇ ਛੂਟੇ ਧੋਣ ਧਾਣਗੇ ਤਾਂ ਤੁਸੀਂ ਜਿੰਨੇ ਬਾਕੀ ਕਸ ਦੱਸਣੇ ਆ ਜਿਹੜੀ ਇਸ ਬਾਰਿਸ਼ਾਂ 'ਚ ਕਸ ਵਗਣੇ ਨੇ ਉਹ ਇੱਥੇ ਭੈਣਾਂ ਭਰਾ ਹੀ ਦੱਸਣੇ ਆ। ਅੱਜ ਮਜ਼ੀਦ ਤੇਜ਼ ਹੈ ਕਸ, ਉਹ ਵੀ ਚੈੱਕ ਕਰਾਉਣੇ ਆ ਮਾਸ਼ਾ ਅੱਲਾ। ਜਿਹੜਾ ਪਾਣੀ ਇਸ ਬਾਰਿਸ਼ਾਂ ਨਾਲ ਜ਼ਬਰਦਸਤ ਹੈ, ਮੈਂ ਆਪਣੇ ਵਿਊ ਚੜੀ ਕੋਠੇ ਤੁਸੀਂ ਦੱਸੀ ਕਿ ਨਾ, ਤਾਂ ਬਾਕੀ ਫਿਰ ਪਹੁੰਚ ਜਾਂਦੇ ਹਾਂ। ਤੁਸੀਂ ਦੱਸਣੇ ਆ ਕਸ ਜਿਹੜੀ ਵਗਣੀ ਪਈ ਹੈ ਨਾ, ਕਿਤਨੀ ਬਾਰਿਸ਼ ਹੋਈ ਹੈ। ਸੁੱਤਾ ਹੁਣ ਉੱਠਿਆ ਤਾਂ ਬਾਹਰ ਕਹਿ ਹਾਲਾਤ ਨੇ, ਕਹਿ ਬੰਦਾ ਸੈ ਬਾਹਰ ਹਾਲਾਤ ਖਰਾਬ ਹੋ ਜਾਣੇ ਤਾਂ ਕਿਹਦੇ ਨਾਲ ਇਹ ਰਾਵੀ ਡੈਮ ਬਣੀ ਜਾਣਾ, ਇੱਕ ਤੋਂ ਪਿੱਛੋਂ ਵੱਟੇ ਟੇਹੀ ਟੇਹੀ ਦਰੱਲੇ ਛੋੜੀ ਛੋੜੀ ਨਾ ਦਤਰਾ ਕੱਢਿਆ ਉਸਨੇ। ਇਹ ਪਤਾ ਨਹੀਂ ਕਿਸ ਨਾਲ ਬਾਅਦ ਇਸ ਨਾਲ ਪਿਆ, ਇਹ ਪਤਾ ਲਗਾ ਪਿਆ ਵੱਡੇ ਜਿਹੜੇ ਉਹਦੇ ਕੋਲ ਬੜੇ ਬੜੇ ਗੋਲੇ ਦੇ ਠੇਸ ਪਿੰਡ ਕੋਲ। ਬਾਰਿਸ਼ ਪਤਾ ਲੈ ਇੰਡੀਆ ਦੇ ਗੋਲੇ ਨੇ ਤੇ ਬੱਦਲ ਵੀ ਆਉਣਾ, ਇਹ ਵਾਰ ਹੈ ਇਹਦੇ ਕੋਲ। ਇਹ ਤਾਂ ਕੋਈ ਮਾਰੇ ਭੈਣ ਭਰਾ ਪਾਣੀ ਜਿਹੜਾ ਨਾ ਉਹ ਉੱਥੋਂ ਚੀਜ਼ਾਂ ਜਿਹੜੀ ਹੈ ਨਾ ਨਹਿਰ ਉਹ ਜਾਣੀ ਵੀ ਬੰਦਾ ਕਰਿਆ ਤਾਂ ਕਰਿਆ ਤਾਂ ਲਾਜ ਸਾਹਮਣੇ ਨਹੀਂ ਨਹੀਂ ਬਾਰਿਸ਼ ਨਾ ਉਹਨਾਂ ਨੇ ਬੜਾ ਟੈਨਸ਼ਨ ਬਣਤੀ ਰਹਿਣੀ ਹੈ। ਉਹ ਜਾਣਾ ਨਹੀਂ ਉੱਥੋਂ ਲਿਖਣਾ ਹੀ ਬਾਈ ਰੋਡ ਹੌਲੀ ਇੱਥੋਂ ਅੱਛੀ ਜਾਣਾ, ਉਹ ਉੱਥੋਂ ਲਿਖ ਜਾਣਾ ਦਰਗਾਹ ਦੇ ਜੋ ਬਾਹਰ ਇੱਠਾ ਜਾਣਾ ਰਹਿੰਦਾ ਕਹਿ ਦਿੰਦਾ ਇਹ ਜੀ ਟੀ ਰੋਡ ਆਪਣੇ। ਬਾਕੀ ਉੱਥੋਂ ਸਮਾਨ ਸਮਾਨ ਤਾਂ ਕੁਛ ਤਾਂ ਹਰਾ ਭਰਾ ਹੋਇਆ ਜ਼ਬਰਦਸਤ ਕਿਸਮ ਨਾ। ਇਹ ਜਿਹੜੇ ਵੱਟੇ ਨੇ ਪਿਛਲੀਆਂ ਬਾਰਿਸ਼ਾਂ 'ਚ ਚਵਾਈ ਮਿੱਟੀ ਅਤੇ ਵੱਟੇ ਛੇਟੇ ਚਵਾਈ ਪਹਿਲਾਂ ਆਇਆ ਸਾਂ ਥੋੜ੍ਹਾ ਜਿਹਾ, ਅਤੇ ਕਿਹਨੇ ਵੱਟੇ ਜਿਹੜੇ ਫਰੂਟੇ ਨੇ ਸਾਂ ਇਹ ਚਵਾਈ ਜਦੋਂ ਸਟੈਚ ਸੱਟੇ ਤਾਂ ਹੁਣ ਜਿੰਨੇ ਇਹ ਪਾਣੀ ਜਾਣਾ ਇਹਦਾ ਬਾਰਿਸ਼ਾਂ ਨੇ ਪਾਣੀ ਕੁਦਰੂ ਕੁਦਰੂ ਰਾਹ ਲੋੜੀ ਕਿੰਨਾ। ਮੈਂ ਭੈਣਾਂ ਵੀ ਭਰਾਂਗੀ ਅੱਜ ਇਸ ਆਪਣੀ ਸਿਆਣੀ ਗਰਾਉਣੀ ਜਿਹੜੀ ਹੈ ਨਾ ਇਹ ਕਸ ਵਗਣੀ ਹੋਣੀ ਸੀ ਕਦੇ ਤਾਂ ਦੱਸਣਾ ਵਗਣੀ ਆ ਜਾਂ ਕੋਈ ਨਹੀਂ ਵਗਣੀ। ਬਾਰਿਸ਼ ਕਿਹੋ ਜਿਹੀ ਹੋਈ ਪਤਾ ਲੱਗ ਸੀ ਉਸਲੇ, ਐਵੇਂ ਨਹੀਂ ਪਤਾ ਲਾਉਣਾ ਤੇਜ਼ ਕਿਤਨੀ ਹੈ ਕਿਤਨੀ ਨਹੀਂ ਹੈ। ਇਹ ਤਾਂ ਕੋਈ ਕੰਡੀਸ਼ਨ ਇਹ ਪੈਕਟ ਸ਼ੈਕਟ ਜਿਹਾ ਨਾ ਹਰ ਚੀਜ਼ਾਂ ਫਰੈਸ਼ ਫਰੈਸ਼ ਹੋ ਗਈ ਹੈ। ਚਿੱਕੜ ਬੜਾ ਖੂਬਸੂਰਤ ਬੜਾ ਮੈਂ ਪਤਾ ਹੈ ਨਾ ਰਾਹ ਕੋਈ ਉਸੇ ਤਾਂ ਲਿਖਣ ਸਾਂਭੀ ਨਾ ਇੱਧਰ ਰਾਹ ਤਾਂ ਕੋਈ ਜਿਸ ਨਾਲ ਬੂਟੀ ਹੈ ਸਾਰੀ ਥੇ
ਕਿਹੜੇ ਪਾਸੇ ਜਾ ਸਾਂ? ਇਹੋ ਨਿਸ਼ਾਨ ਦੇ ਹੈ ਚਿਗੜਾ ਵਿੱਚ ਜਾਣਾ ਵੈਸੇ ਭੈਣ ਬਰੋ, ਕਿਆ ਕਰੀਏ ਫਿਰ? ਵੀਡੀਓ ਬਣਾਉਣ ਵਾਸਤੇ ਕੋਈ ਨਹੀਂ, ਕੋਈ ਪੰਡ ਤਰੋੜ ਕਰਨਾ ਪੈਣਾ। ਆਹ ਆਹ ਹਾ ਹਾ, ਹੁਣ ਕੰਮ ਠੀਕ ਹੋਈ ਗਿਆ ਨੇ, ਚੱਪਣਾ ਛੱਪਣਾ ਪਰਨ ਗਈਆਂ ਭੈਣਾਂ ਅਤੇ ਭਰਾਵਾਂ। ਹੁਣ ਮਾਫ਼ੀ ਕੋਈ ਨਹੀਂ, ਹੁਣ ਢੱਲੀ ਹੈ, ਹੁਣ ਮਾਫ਼ੀ ਕਿਸ ਨਹੀਂ ਹੋਈ ਹੈ। ਇੱਕ ਤਾਂ ਉਹ ਜੰਗਲ ਵੀ ਆ ਬਾਣ ਹੈ, ਡਰ ਲੱਗਣਾ ਇੱਥੇ ਕੋਈ ਬਾਹਰ ਆ ਲੈ ਨਾ ਨਿਕਲੀ ਸ਼ਾਇਦ ਇਸ ਏਰੀਏ 'ਚੋਂ। ਵਾਹ ਜੀ ਵਾਹ, ਬਾਰਿਸ਼ ਠੀਕ ਹੋਏਗੀ ਭੈਣ ਭਰਾਓ? ਸਮੁੰਦਰ ਕਸ ਸਹੀ ਸਪੀਡਾਂ 'ਚ ਹੈ, ਇਤਨਾ ਸਪੀਡਾਂ 'ਚ ਨਹੀਂ ਮਗਰ ਉਹ ਤੁਸੀਂ ਤੱਕ ਸਵਾ ਲੰਮੀਆਂ ਨਾ ਛੋੜ, ਠੀਕ ਹੈ ਫਿਰ ਵੀ ਇੱਥੇ ਕੋਲ ਜੀ ਜ਼ਬਰਦਸਤ ਕਿਸਮ ਨਾਲ ਮਾਹੌਲ ਬਣਤਾ ਵਾ। ਵਾਹ ਜੀ ਵਾਹ, ਹੈ ਤਾਂ ਕੁਝ ਜੀ, ਇੱਧਰੋਂ ਵੇਖਣਾ ਨੇ ਪਾਣੀ, ਇਹ ਨਾ ਹੋਏ ਕਿਆ ਬਸ ਵੇਖਣਾ ਪਿਆ, ਇਹ ਜਿਹੜਾ ਨਾ ਉਹ ਤੰਦ ਗਲੀ 'ਚ ਬਸ ਵੇਖਣਾ ਪਿਆ, ਇਹ ਕੋਠੜੀ 'ਚ ਬਸ ਵੇਖਣਾ ਪਿਆ, ਦਰਿਆ ਜੇਲ੍ਹ ਵੀ ਚਾਹੀਦਾ, ਇਹ ਇਕੱਠੇ ਹੋਣੇ ਪਏ। ਵਾਹ ਜੀ ਵਾਹ, ਇੱਧਰੋਂ ਅੱਗੋਂ ਥੋੜ੍ਹੀ ਕਸਤੜੀ ਹੈ ਨਾ ਬੜੀ ਹੋਏਗੀ, ਤਾਂ ਕੀ ਨਾ ਉਹ ਵਿੱਚੇ ਡਿੱਗਣੇ ਬੂਟਿਆਂ ਨੇ ਵਿੱਚੇ ਜਾਣੀ ਪਈ ਹੈ। ਇਹ ਤਾਂ ਕੋਲ ਜੀ ਪੈਰ ਧੋਇਕਣਾ, ਚਿਕੜਿਆਂ ਨੇ ਪੈਰ ਹੀ ਪਾਰਨਗੇ, ਇੱਥੇ ਧੋਇਕਣਾ ਥੋੜ੍ਹਾ ਜਿਹਾ, ਰੂੜੀ ਨਾ ਜਾ। ਆਹ ਹਾ ਹਾ, ਭੈਣੋ ਪਰੋ ਅੱਲਾ ਆਪਣੇ ਯਕੀਨ ਕਰੇ, ਇਤਨਾ ਠੰਡਾ ਪਾਣੀ ਹੈ ਨਾ ਜਿਤਨਾ ਬੰਦਾ ਸੋਚ ਹੀ ਨਹੀਂ ਸਕਦਾ। ਇਸਨੇ ਵਿੱਚ ਖਲਣ ਦਿਲ ਵੀ ਨਹੀਂ ਕਰਨਾ, ਮਿੱਟੀ ਵੀ ਆਈ ਵੀ ਅਤੇ ਠੰਡਾ ਵੀ ਹੈ। ਹੁਣ ਜੰਪ ਮਾਰਨੇ ਪਾਰੇ ਇਲਾਕੇ ਜਿੰਨੇ ਆ ਤੱਕਣੇ, ਕਸ ਕੁੱਥੇ ਤੱਕ ਜਾਣੀ ਜਾਂ ਇੱਧਰ ਉੱਧਰ, ਇੱਧਰ ਉੱਧਰ ਆਈ ਕੋਣੀ ਹੈ, ਇਸ ਸਾਈਡ ਬਰਾ ਆਈ ਕੋਣੀ ਹੈ। ਓਹੋ, ਉਹਦੇ ਭਾਰ ਚੰਨੇ ਪੈਣ ਪਰ ਉੱਥੇ ਜੰਪ ਮਾਰਨੇ ਆ, ਜੰਪ ਮਾਰੀ ਨਾ ਇਸ ਲੈ ਸਾਈ ਆ। ਜੰਗਲ ਵੀ ਆ ਬਾਣੀ ਹੈ ਅਤੇ ਇਹ ਤੱਕੋ ਨਾ ਹੈ ਨਾ ਛਛਰੇ ਨੇਠਿਆਂ ਪਾਣੀ ਜਾਣਾ, ਕਿੰਨਾ ਸੋਹਣਾ ਲਾਉਣਾ ਪਿਆ। ਰਾਵੀ ਦੀਆਂ ਛੱਲਾਂ ਦੇ ਹਲਾਰੇ ਰੁੱਕ ਜਾਣਗੇ, ਪਾਣੀ ਤਾਂ ਤੱਕ ਕਿਸੇ ਵੇਲੇ ਪੈਣਾ ਪਰ ਇੱਧਰੋਂ ਜਾਈ ਰਿਹਾ ਹੈ, ਇੱਧਰੋਂ ਆਈ ਰਿਹਾ। ਉਹ ਤਾਂ ਘਰੋਂ ਜਦੋਂ ਮੈਂ ਢੱਲੀ ਤਾਂ ਆਇਆ, ਜੰਗਲ ਵੀ ਆ ਬਾਣ, ਇਹ ਅੱਗੇ ਸਾਰਾ ਜੰਗਲ ਵੀ ਆ ਬਾਣ। ਹੁਣ ਮੈਂ ਕੋਈ ਰਾਹ ਲੋੜ ਸਾਂ, ਇਹ ਤਾਂ ਕੀ ਕਰਨਾ, ਇੱਕ ਨਾਲੀ ਇੱਧਰੋਂ ਹੀ ਜਾਣੀ ਵੀ ਨਾ ਇਹਦਾ ਹੈ, ਹੋਸ਼ ਨਾ ਪਿਆ ਪਾਣੀ ਤਾਂ ਕਿਹਾ ਨਹੀਂ ਹੁਣ ਕਿਹੜੇ ਕਿਹੜੇ ਬਸ ਪਾਣੀ ਰੱਖ ਸਾਂ, ਚਿੱਕੜੀ ਅਸੀਂ ਤਿਆਰ ਹੈ ਕਹਿਣਾ ਪ੍ਰੋਤ ਸਿੰਘ। ਮੈਂ ਸਾਰਾ ਜੀ ਇਸ ਨੂੰ ਕਰਸੀ ਨਾਲ ਨਜ਼ਾਰਾ ਦੱਸਾਂ ਨੂੰ, ਇੱਧਰੋਂ ਫਿਰ ਅੱਗੋਂ ਇਹ ਦੋ ਦਰਿਆ ਫਿਰ ਕਿਰੀ ਗਏ ਨੇ, ਇੱਧਰੋਂ ਹੀ ਗਿਆ ਨੇ, ਇਹ ਬੜਾ ਦਰਿਆ ਇੱਧਰ ਜਾਣਾ ਪਿਆ, ਇਹਦਾ ਪੈ ਗਿਆ ਉਹ ਠੇ ਠੇ ਬੂਟੇ ਨੇ ਵਿੱਚ ਡਿਗਰੀ ਦਸ਼ਨਾ ਨੇ ਤਾਂ ਕਿਹਾ ਨੇ ਨਾ। ਓ ਹੋ 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 ਹੋ, ਦੇਖੋ ਮਾਸ਼ਾ ਅੱਲਾ ਜ਼ਬਰਦਸਤ ਕਿਸਮ ਨਾਲ ਹੈ, ਬਾਕੀ ਜੰਗਲ ਤਾਂ ਵੀ ਆ ਬਾਣ ਹੈ। ਹੁਣ ਜਿਹੜਾ ਨਾ ਰਿਵਰਸ ਨਹੀਂ ਲਾਉਣਾ ਪਿਆ, ਇਹ ਮਿਸ਼ਕ ਹੈ ਕਹਿੰਦਾ ਪਰ ਇਸ ਤਰ੍ਹਾਂ ਕੰਮ ਚੱਲ ਸੀ, ਅਤੇ ਕੀ ਕਹਿਣਾ ਬੱਦਲ ਬੋਲਣਾ ਪਿਆ, ਇਹ ਕਸ ਇਹ ਜਾਣੀ ਪਈ ਕਿੱਧਰੋਂ ਵਗਣੀ ਪਈ, ਇਹ ਜਾਣੀ ਪਈ ਹੈ। ਹੁਣ ਇਤਨਾ ਕਿਤਨਾ ਪਤਾ ਲੱਗਾ ਡੂੰਘਾ ਕਿਤਨਾ ਕਿਆ, ਓਹੋ ਹੋ ਗਿਆ ਬੂਟਾ ਵੀ ਪਰਤਣ ਗਿਆ ਨੇ ਹੁਣ ਤਾਂ ਕੋਈ ਜੀ, ਇਤਨੀ ਬਾਰਿਸ਼ ਹੋਈ ਜੀ ਬੂਟਾ ਪਰਤਣ ਗਿਆ। ਵਾਹ ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਛਾਲ ਮਾਰੀ ਹੈ ਜੀ ਭੈਣ ਭਰਾਓ, ਇੱਥੋਂ ਥੋੜ੍ਹੀ ਕਸ
ਬੜੀ ਜਣੀ ਇਹ ਬੂਟਾ ਅਤੇ ਕੁੱਕ ਦੀ ਮੀਛੇ ਚਲੇ ਨੇ ਪੁਰਾਣਾ ਬੂਟਾ ਹੈ। ਇਹਦੇ ਵੀ ਤੁਸੀਂ ਤਸੀ ਰਹੇ ਹਾਂ, ਅੱਜ ਕਸਾਂ ਵਿੱਚ ਫਿਰਨੇ ਹਾਂ ਸਾਰਸੋ, ਅੱਜ ਜੰਗਲ ਦੇ ਵੀਹ ਆਹਾ ਹਾ 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 ਕੁਝ ਬਿੜੀ ਗਿਆ ਪਿੰਡ ਪਰ ਪੈ ਲੈ ਗਈ ਪਤਾ ਨਹੀਂ ਤੰਬੂੜੀ ਬਿੜੀ ਦੇ ਕਿਆ ਬਿੜੀ ਕਹਿੰਦੇ ਜੀ ਪਿੰਡ ਪਰ ਤੰਬੂੜੀ ਹੋਈ ਰੇ ਚਾਹੇ ਡਰ ਹੈ ਵਿੱਚੂ ਹੈ ਕੋਈ ਬਿੜੀ ਗਿਆ ਪਿੰਡ ਪਰ ਹੋਰ ਤਾਂ ਮੈਂ ਨਸਲ ਲਗਾਉਣ ਇੱਥੋਂ ਇਹਨੇ ਵੀਡੀਓ ਰਹੀ ਮਾੜਾ ਕੰਮ ਆਪਣਾ ਪਰ ਪੈ ਲੈ ਗਈ ਬਿਸ਼ੱਕ ਹੈ ਤੰਬੂੜੀ ਬਿੜੀ ਗਈ ਸਖ਼ਤ ਜਮੂਟੀ ਨੇ ਕਸਮ ਇਸੀ ਮਜ਼ਾਕ ਨਾ ਸਮਝੇ ਜੇ ਫੋਨ ਆਉਣਾ ਸੀ ਇੱਥੇ ਤਾਂ ਮੈਂ ਬਲੱਦੇ ਬੜੇ ਆਉਣਾ ਮੇਰੀ ਅਸੀਂ ਖਤਰਾ ਇਹ ਟੇਪ ਸੀ ਇਸ ਨਾਲ ਕੰਮ ਹੋਈ ਅਸੀਂ ਇਤਨੇ ਇਸ ਗੰਦਾ 'ਚ ਸੋਚੋ ਨਾ ਕੁਝ ਬਿੜ ਸੀ ਹੋਇਆ ਨਿਗਰ ਬੂਟੀ ਅਤੇ ਪੈਕਟ ਦਾ ਗੰਦ ਹੈ ਕਸ ਦੱਸਣੇ 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 ਸੱਟ ਕੇ ਸੁਣੇ ਮੈਂ ਕਿਤਨਾ ਦੂਰ ਉੱਠੀ ਹਾਂ ਉਸ ਜੰਗਲਾਂ ਵਿੱਚੋਂ ਨਿਕਲੀ ਤਾਂ ਆਇਆ ਇਸ ਵੇਲੇ ਕਿਹੜਾ ਪਾਗਲ ਹੈ ਜਿਹੜਾ ਇਸ ਜੰਗਲਾਂ 'ਚ ਬੂਟੀ 'ਚ ਬੰਨਾ ਮੈਂ ਆਪੋ ਇਸ ਸ਼ਕਤੀ 'ਚ ਆਇਆ ਉਸਨੇ ਵਿੱਚ ਤਾਂ ਬੜੇ ਹਾਂ ਅੱਠਾ ਕਸਾਂ ਆਵਾਜ਼ ਸੁਣ ਤੇਰੀ ਆਵਾਜ਼ ਜਾਣੀ ਦੀ ਨੱਠਾ ਜਾਣੀ ਦੀ ਹੁਣ ਜਿਹੜਾ ਨਾ ਰਾਹ ਥੋੜ੍ਹਾ ਸਾਫ਼ ਆਈ ਗਿਆ ਹੁਣ ਸਾਫ਼ ਰਾਹ ਆਪਣੇ ਜਾ ਸਾ ਹੁਣ ਮੇਰੀ ਜਿਹੜੇ ਰਾਹ ਹੈ ਉਸ ਰਾਹ ਪਰ ਨਾ ਜਾਣਾ ਪੈਣਾ ਪਰ ਜੇ ਕੇ ਮਰਜ਼ੀ ਲੈ ਤਾਂ ਹੁਣ ਭਾਵੇਂ ਕੋਈ ਰੱਸੇ ਪੈਣ ਜਾ ਮੁੜੀ ਤੇ ਹੁਣ ਘਰ ਜੀ ਤੱਕ ਰੱਸਾਂ ਪੈ ਰਹਿ ਗਈ ਵਿੜਿਆ ਗਿਆ ਸ਼ੱਕ ਤਾਂ ਮੁੜੀ ਵਿੜੀ ਹੈ ਸ਼ੱਕ ਜਾ ਕਲੀਅਰ ਨੂੰ ਉਸ ਤਰ੍ਹਾਂ ਹੋਸ਼ ਨਹੀਂ ਸੀ ਚੱਪਲ ਮਾਰੀ ਬਗਾਈ ਤੇ ਉੱਧਰ ਚੱਪਲਾਂ ਵਿੱਚ ਬੜੀ ਗਈ ਸੀ ਵਾਹ ਜੀ ਵਾਹ ਸੋਹਣੀ ਬਾਰਿਸ਼ ਇਹ ਤਕੀਕਨ ਹੁਣ ਇੱਥੋਂ ਗਈਆਂ ਇਸ ਰਾਹ ਆਪਣੇ ਜਾ ਸਾਂ ਇੱਥੋਂ ਵੀ ਕਸ ਹੈਗਾ ਪੈਣੀ ਹੈ ਬਾਅਦ ਇਸ ਨਾ ਉੱਥੇ ਉੱਥੇ ਬੂਟੀ ਇਤਨਾ ਮੈਂ ਬੰਨਾ ਹੁਣ ਭਾਵੇਂ ਜੇ ਕਿ ਮਰਜ਼ੀ ਵੈ ਇਹ ਕਸ ਬੜੇ ਦੂਰ ਜਾਣੀ ਹੈ ਮੁਕਣੇ ਨਾ ਨਹੀਂ ਕਿੰਨੀ ਅਤੇ ਕਿਹੜੀ ਲੋੜ ਹੈ ਪੰਗਾ ਕਿੰਨੇ ਨਹੀਂ ਇਹ ਤੱਕ ਐਸ਼ ਨਹੀਂ ਵੀ ਇਹ ਰਾਵੀ ਨਹੀਂ ਜਿਹੜਾ ਛੱਲ ਹੈ ਨਾ ਇਹ ਜਾਣੇ ਵੀ ਨੇ ਕਿਤਨਾ ਲੰਮਾ ਪਿੰਡ ਆ ਮੈਂ ਮਾਰੀ ਤਾਂ ਉੱਧਰੋਂ ਆਏ ਦਰਿਆ ਜੇਲਮ ਅਤੇ ਦਰਿਆ ਨੀਲਮ ਦੋਏ ਛਿੜੇ ਇੱਥੇ ਛਿੱਟਾ ਚੋਣੇ ਤ੍ਰੀਆ ਜਿਹੜਾ ਪਲਾਕਾ ਲਾਈ ਨਾਲ ਹੀ ਹੈ ਠੀਕ ਹੈ ਭੈਣ ਪਰੋ ਹੁਣ ਇੱਥੋਂ ਜਿਹੜਾ ਨਾ ਪਾਰ ਚੜ੍ਹ ਸੌਖਾ ਸੌਖਾ ਕੋਈ ਰਾਹ ਲਾਉਂਦੇ ਹਾਂ ਪਾਰ ਚੜ੍ਹੀ ਅਤੇ ਸੜਕਾਂ ਜਿਹੜਾ ਬਸ ਪਿਆ ਬਾਕੀ ਸੀਨ ਉਸਲਾ ਸੀ ਇੱਕ ਕਸਾਂ ਵਿੱਚ ਪਾਰ ਚੜ੍ਹ ਸਾਂ ਇੱਕ ਕਸ ਇਹ ਤਾਂ ਕੋਲ ਕਿਤਨੀ ਸਪੀਡ ਹੈ ਇਸ ਨੂੰ ਮਾੜਾ ਵਧਣ ਥੋੜ੍ਹਾ ਜਿਹਾ ਫਿਰ ਵੀ ਜਿਹੜਾ ਨਾ ਮਾੜੇ ਤਾਂ ਭਾਰੀ ਹੈ ਇਹਨਾਂ ਕੋਲ ਟਈ ਵੀ ਹਨ ਹੋਰ ਕੰਮ ਹੋਈ ਜਾ ਸੀ ਇਹ ਰਾਹ ਚੜੀਆਂ ਨੇ ਜੀ ਬਸ ਵੈ ਜੀ ਇਹ ਪਲਾਕਾ ਵਾਲਾ ਦਰਿਆ ਥੋੜ੍ਹਾ ਜਿਹਾ ਘੱਟ ਹੈ ਇਹ ਘੱਟ ਰੁਣਾ ਪਿਆ ਹੁਣ ਮੈਂ ਥੋੜ੍ਹਾ ਸਿੱਧਾ ਰਾਹ ਪੋਣਾ ਜੇ ਕਿ ਬਿਨਾਂ ਸੀ ਉਹ ਤਾਂ ਪੈਰਾਂ ਵਿੜੀ ਰਿਹਾ ਹੁਣ ਜਾਂਦੇ ਆਪਾਂ ਰੋਟਿਆ ਪਰ ਇੱਧਰ ਹੀ ਰਾਤ ਕਰੋ ਇੱਥੇ ਕੋਣ ਇੱਧਰ ਹੀ ਆਵਾਜ਼ ਨਾ ਇੱਧਰ ਕਿਹੜੀ ਨਾਲੀ ਹੈ ਜੀ ਜਨਾਬ ਵਾਹ ਜੀ ਵਾਹ ਉਹ ਤਾਂ ਕੀ ਸੁਣ ਉਹ ਤਾਂ ਕੋ ਜੀ ਪਾਣੀ ਪਾਣੀ ਹੈ ਵਾਹ ਮੈਂ ਅਜੇ ਕਸਾਂ ਨਹੀਂ ਮੁਕਣੀ ਸਾਨੂੰ ਨਹੀਂ ਮਾੜੀ ਪੈਣਾ ਪਰ ਸੜਕਾਂ ਪਰ ਪਹੁੰਚੀ ਆਏ ਹਾਂ ਤਾਂ ਕੀ ਸੁਣ ਇਸ ਤਰ੍ਹਾਂ ਰੋਡ ਹੈ ਜਿਹੜਾ ਆਪਣੋ ਬਿਲਕੁਲ ਸੁਨਸਾਨ ਹੈ ਬਾਰਿਸ਼ਾਂ ਦੀ ਵਜ੍ਹਾ ਕੋਈ ਉੱਕਾ ਦੁੱਕਾ ਮੋਟਰਸਾਈਕਲ ਰਕਸ਼ਾ ਲੰਘਣਾ ਬਾਕੀ ਕੱਖ ਹੋਣੀ ਸਲੈ ਲੰਘਣਾ ਕਿਵੇਂ ਬਾਰਿਸ਼ਾਂ ਦੀ ਵਜ੍ਹਾ ਸੁਣ ਤਾਂ ਪਤਾ ਤੁਹਾਨੂੰ ਟਰੈਫਿਕ ਜਿਹੜੀ ਉਹਨਾਂ ਸਲੋ ਹੋਣੀ ਹੈ ਟਰੈਫਿਕ ਸਲੋ ਹੋਣੀ ਜਾਣੀ ਕਿਹੜੀ ਮੋਟਰਸਾਈਕਲ ਰਕਸ਼ਾ ਅਤੇ ਕੱਟ ਲੰਘਣਾ ਹੁਣ ਥੋੜ੍ਹੀ ਖਲੀ ਗਈ ਬਾਰਿਸ਼ ਜਿਹੜੀ ਸਾਰੀ ਕੱਖ ਹੁਣ ਮਿਸ਼ਕ ਹੈ
ਇਹ ਤਾਂ ਤੇਜ਼ ਉਸ ਇਹ ਤਾਂ ਠੱਡੀ ਠਾਰ ਜਾਣੀ ਵੀ ਇਹ ਤਾਂ ਕੀ ਕਰਾਉਣੀ ਇੱਥੇ ਕੱਖ ਨਹੀਂ ਇਹ ਥੋੜ੍ਹਾ ਪਾਣੀ ਸੀ ਨਾ ਉਹ ਜਿਹੜੀ ਸੀ ਨਾ ਉਹ ਥੋੜ੍ਹੀ ਤਗੜੀ ਸੀ ਬਾਰਿਸ਼ਾਂ ਠੀਕ ਹੋਈ ਬਾਕੀ ਭੈਣਾਂ ਭਰਾ ਜਿਸਾਂ ਸਮਾਨ ਚੌਕ ਵਾਲੀ ਸਾਡੇ ਪਰ ਬਾਕੀ ਭੈਣਾਂ ਭਰਾ ਨੂੰ ਥੱਕਾ ਪੁਰਸੀ ਇਨ ਸ਼ਾ ਅੱਜ ਨਹੀਂ ਵੀਡੀਓ ਸਹੀ ਲੱਗੀ ਸੀ ਬੜੀ ਮਜ਼ੇ ਨਹੀਂ ਹੈ ਗਲਤੀ ਗਸਤਾਖੀ ਕੀਤੇ ਮਾਫ਼ ਕਰੀਏ ਜੁਲਨੇ ਆ ਭੈਣਾਂ ਤਾਂ ਭਰਾ ਪਸੰਦ ਕੀ ਸਕਣੇ ਉਹ ਉੱਪਰ ਕਾਂ ਬੈਠਾ ਵਾ ਆਇਆ ਨੇ ਅਤੇ ਕੁੱਕੜੀ ਕੀ ਬੱਚਿਆਂ ਵਿੱਚ ਆਉਣੇ ਨੇ ਕੋਸ਼ਿਸ਼ ਕਰਨਾ ਪਿਆ ਅਤੇ ਕੁੱਕੜੀ ਹੁਣ ਮਾਰ ਸੀ ਧੱਕਿਆ ਨੇ ਅਤੇ ਫੌਜੀ ਜਿਹੜੇ ਨਖਲ ਅਤੇ ਬਾਰਡਰ ਪਰ ਉਹ ਉੱਪਰ ਬਹਿ ਗਿਆ ਹੁਣ ਉਹ ਫਿਰ ਅਸੀਂ ਹੁਣ ਬੁਣ ਧੱਕੇ ਇਹ ਜਿਹੜੇ ਪਾਟ ਤੱਕਣੇ ਲਾ ਸੀ ਹੁਣ ਉਹ ਵੀ ਤਾਨਾ ਪਿਆ ਜੇ ਕੁੱਕੜੀ ਥੋੜ੍ਹੀ ਅੱਗੇ ਪਿੱਛੇ ਹੋਇਆ ਅਤੇ ਮੈਂ ਅੱਛਾ ਕੁੱਕੜੀ ਹੁਣ ਅੱਗੇ ਪਿੱਛੇ ਹੋਇਆ ਸੀ ਉੱਚਾ ਹੀ ਤਾਂ ਨਸੀ ਅਸੀਂ ਵਾਹ ਜੀ ਵਾਹ ਇਹ ਸਿਆਸਤਦਾਨ ਹੈ ਤਾਂ ਕੋਈ ਕਾਂ ਆਣੇ ਬੜਾ ਸਿਆਣਾ ਆ ਕਾਂ ਆਇਆ ਨਾ ਫਿਰ